ਮਾਨ ਸਾਹਿਬ, ਜਦੋਂ ਦੇ ਅੰਮ੍ਰਿਤਪਾਲ ਪੰਜਾਬ ਆਉਂਦੇ ਨੇ, ਉਸ ਤੋਂ ਬਾਅਦ ਰਵਨੀਤ ਬਿੱਟੂ ਮੈਂਬਰ ਪਾਰਲੀਮੈਂਟ ਨੇ, ਉਹਨਾਂ ਦੇ ਬਿਆਨ ਆਉਂਦੇ ਨੇ, ਕਹਿੰਦੇ ਕਿ ਜੋ ਕੁਝ ਪੰਜਾਬ ਦੇ ਵਿੱਚ ਹੋਇਆ, ਅਮਨ ਕਾਨੂੰਨ ਦੀ ਜਿਹੜੇ ਹਾਲਾਤ ਨੇ ਪੰਜਾਬ ਦੇ ਵਿੱਚ ਖਰਾਬ ਹੋਏ ਨੇ, ਇਹਦੇ ਪਿੱਛੇ ਸਭ ਤੋਂ ਵੱਡਾ ਹੱਥ ਅੰਮ੍ਰਿਤਪਾਲ ਦਾ, ਅਤੇ ਅੰਮ੍ਰਿਤਪਾਲ ਨੂੰ BJP ਨੇ ਭੇਜਿਆ ਜਾਂ ਏਜੰਸੀਆਂ ਨੇ ਭੇਜਿਆ ਕਿ ਪੰਜਾਬ ਦਾ ਮਾਹੌਲ ਖਰਾਬ ਕਰੋ, ਕੋਈ ਕਹਿੰਦਾ ਅੰਮ੍ਰਿਤਪਾਲ ਦੇ ਪਿੱਛੇ ISI ਦਾ ਹੱਥ ਹੈ, ਸਿਮਰਨਜੀਤ ਸਿੰਘ ਮਾਨ ਮਿਲ ਕੇ ਵੀ ਆਏ ਨੇ ਅੰਮ੍ਰਿਤਪਾਲ ਨੂੰ, ਬਹੁਤ ਪੁਰਾਣਾ ਤਜ਼ਰਬਾ ਤੁਹਾਡਾ ਕਿਉਂਕਿ ਤੁਸੀਂ ਬਹੁਤ ਵੱਡੇ ਅਫਸਰ ਪੰਜਾਬ ਪੁਲਿਸ 'ਚ ਰਹੇ ਹੋ, ਕਦੇ ਅੰਮ੍ਰਿਤਪਾਲ ਨੂੰ ਮਿਲ ਕੇ ਲੱਗਿਆ ਕਿ ਕੋਈ ਏਜੰਸੀਆਂ ਪਿੱਛੋਂ ਸਪੋਰਟ ਕਰਦੀਆਂ ਨੇ? ਇਹ ਤਾਂ ਹਰੇਕ ਨੂੰ ਕਹਿ ਦਿੰਦੇ ਹਿੰਦੁੱਤਵ ਦੇ ਲੋਕ ਕਿ ਪਿੱਛੇ ਪਾਕਿਸਤਾਨ ਦਾ ਹੱਥ ਹੈ ਜਾਂ ਫਲਾਣੇ ਦਾ ਹੱਥ ਹੈਗਾ, ਇਹ ਤਾਂ ਸ਼ੁਰੂ ਤੋਂ ਇਹੀ ਕਰਦੇ ਰਹਿੰਦੇ ਆ। ਪਰ ਹੁਣ ਚੀਨ ਵੀ ਬੜਾ ਤਕੜਾ ਮੁਲਕ ਹੈ, ਅਤੇ ਹਿੰਦੁੱਤਵ ਦੇ ਲੋਕਾਂ ਨੂੰ ਉਧਰਲੇ ਪਾਸੇ ਵੀ ਅੱਖ ਕਰਨੀ ਚਾਹੀਦੀ ਹੈ ਕਿ ਚੀਨ ਦਾ ਵੀ ਹੱਥ ਹੋ ਸਕਦਾ ਹੈ ਕਿ ਮੇਰੇ ਪਿੱਛੇ ਜਾਂ ਅੰਮ੍ਰਿਤਪਾਲ ਸਿੰਘ ਦੇ, ਸਿਰਫ ਪਾਕਿਸਤਾਨ ਦਾ ਥੋੜ੍ਹੀ ਹੋਊਗਾ। ਅਤੇ ਮੇਰਾ ਮਤਲਬ ਹੈ ਕਿ ਇਹ ਗਾਂਧੀ ਦੇ ਪਿੱਛੇ ਕਿਹਦਾ ਹੱਥ ਸੀਗਾ, ਨਹਿਰੂ ਦੇ ਪਿੱਛੇ ਕਿਹਦਾ ਹੱਥ ਸੀਗਾ, ਅੰਗਰੇਜ਼ਾਂ ਦਾ ਹੱਥ ਸੀਗਾ, ਰੂਸੀਆਂ ਦਾ ਹੱਥ ਸੀਗਾ, ਚੀਨੀਆਂ ਦਾ ਹੱਥ ਸੀਗਾ? ਜੇ ਉਹ ਆਪਣਾ ਹੱਕ ਮੰਗਦੇ ਸੀਗੇ ਅਤੇ ਉਹ ਆਪਣਾ ਹੱਕ ਮੰਗ ਕੇ ਉਹਨੂੰ ਕਾਮਯਾਬ ਕੀਤਾ, ਪਿੱਛੇ ਥੋੜ੍ਹੀ ਏਜੰਸੀ ਹੁੰਦੀ ਹੈ ਕੋਈ ਵੀ ਕਿ ਇਹ ਫਲਾਣੇ ਦੇ ਕੋਲ ਆਹ ਹੈ, ਫਲਾਣੇ ਦੇ ਕੋਲ ਉਹ, ਇਹ ਤਾਂ ਇਲਜ਼ਾਮਬਾਜ਼ੀ ਹੈ। ਜਦੋਂ ਮੈਂ ਜੇਲ੍ਹ 'ਚ ਆਇਆ, ਹਿੰਦੁੱਤਵ ਦੇ ਲੋਕਾਂ ਨੇ ਕਿਹਾ ਕਿ ਮਾਨ ਨੂੰ ਪਾਕਿਸਤਾਨ ਭੇਜੋ, ਮੈਂ ਉੱਦਣ ਹੀ ਪ੍ਰੈਸ ਕਾਨਫਰੰਸ ਕਿਹਾ ਕਿ ਮੈਂ ਪਾਕਿਸਤਾਨ ਤੋਂ ਆਇਆ, ਮੈਨੂੰ ਭੇਜੋ। ਫਿਰ ਉਸ ਤੋਂ ਬਾਅਦ ਕਿਸੇ ਨੇ ਨਹੀਂ ਕਿਹਾ ਕਿ ਮਾਨ ਨੂੰ ਪਾਕਿਸਤਾਨ ਭੇਜੋ। ਮੇਰਾ ਮਤਲਬ ਇਹਨਾਂ ਨੂੰ ਜਵਾਬ ਤਕੜਾ ਜੇ ਦਿੱਤਾ ਜਾਵੇ ਤਾਂ ਇਹ ਠੀਕ ਆਪਣੇ ਕਿਨਾਰੇ 'ਤੇ ਰਹਿੰਦੇ ਆ, ਜੇ ਫੁੱਸ ਫੁੱਸ ਬਾਦਲ ਵਰਗਣ ਕਰੀ ਜਾਓ ਫਿਰ ਇਹ ਉੱਤੇ ਚੜ੍ਹੀ ਜਾਂਦੇ ਆ। ਮਾਨ ਸਾਹਿਬ, ਮੌਜੂਦਾ ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ? ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਂਦਾ, ਉਸ ਤੋਂ ਬਾਅਦ ਹੋਰ ਕਈ ਅਜਿਹੇ ਕਤਲ ਪੰਜਾਬ ਦੇ ਵਿੱਚ ਚੱਲਦੇ ਨੇ, ਲਗਾਤਾਰ ਅਜਿਹੀਆਂ ਘਟਨਾਵਾਂ ਪੰਜਾਬ 'ਚ ਵਾਪਰਦੀਆਂ ਨੇ। ਕਹਿੰਦੇ ਨੇ ਕਿ ਪੰਜਾਬ ਇਸ ਵਕਤ ਅਜਿਹੇ ਕਿਨਾਰੇ ਦੇ ਉੱਤੇ ਆ ਗਿਆ ਕਿ ਲੋਕ ਕਹਿੰਦੇ UP ਬਹੁਤ ਵਧੀਆ ਪਰ ਪੰਜਾਬ ਦੇ ਹਾਲਾਤ ਲਾਅ ਐਂਡ ਆਰਡਰ ਦੀ ਸਥਿਤੀ ਨਾਲ ਬਹੁਤ ਮਾੜੇ ਹੋ ਚੁੱਕੇ ਨੇ। ਹਾਲਾਤ ਨੋਰਮਲ ਹੈਗੇ ਆ, ਕੋਈ ਇਹੋ ਜਿਹੀ ਗੱਲ ਨਹੀਂ। ਪਰ ਜਿਹੜਾ ਭਾਈ ਮੂਸੇਵਾਲ ਦਾ ਕਤਲ ਹੋਇਆ ਅਤੇ ਭਾਈ ਸਿੱਧੂ ਦਾ ਹੋਇਆ, ਇਹ ਤਾਂ ਸੈਂਟਰ ਦੀ ਸਰਕਾਰ ਨੇ ਕਰਾਇਆ, ਕਿਉਂ ਕਰਕੇ ਇਹ ਦੋਨੋਂ ਨਵੇਂ ਲੀਡਰ ਖਾਲਿਸਤਾਨ ਦੇ ਪੱਖ ਦੇ ਵਿੱਚ ਉੱਭਰ ਕੇ ਆ ਚੁੱਕੇ ਸੀਗੇ, ਅਤੇ ਇਹਦੀ ਤਫਤੀਸ਼ ਹੋਣੀ ਚਾਹੀਦੀ ਹੈ, ਕੋਈ ਇੰਡੀਪੈਂਡੈਂਟ ਏਜੰਸੀ ਹੋਵੇ, ਕਿਉਂ ਕਰਕੇ ਪੰਜਾਬ ਪੁਲਿਸ ਥੋੜ੍ਹੀ ਆਪਣੇ ਚੀਫ ਮਿਨਿਸਟਰ ਨੂੰ ਪੁੱਛ ਸਕਦੀ ਹੈ ਕਿ ਮੂਸੇਵਾਲ ਦੀ ਸਿਕਿਉਰਿਟੀ ਵਿਦਡਰਾਅ ਕਿਉਂ ਕੀਤੀ ਅਤੇ ਅਗਲੇ ਦਿਨ ਉਹਨਾਂ ਦਾ ਕਤਲ ਹੋ ਜਾਂਦਾ ਹੈ, ਅਤੇ ਹੋਮ ਸੈਕਟਰੀ ਨੂੰ ਥੋੜ੍ਹੀ ਪੁੱਛ ਸਕਦੀ ਹੈ, DGP ਨੂੰ ਥੋੜ੍ਹੀ ਪੁੱਛ ਸਕਦੀ ਹੈ? ਇਹ ਤਾਂ ਜੇ ਕੋਈ ਚੰਗੀ ਇੰਡੀਪੈਂਡੈਂਟ ਇਹ ਏਜੰਸੀ ਤੋਂ ਕਰਾਇਆ ਜਾਵੇ, ਜਿਵੇਂ ਮੈਂ ਹਮੇਸ਼ਾ ਕਹਿੰਦਾ ਕਿ UN ਤੋਂ ਵੀ ਸਿੱਧੂ ਸਾਹਿਬ ਦਾ ਮੂਸੇਵਾਲ ਦਾ ਜਿਹੜਾ ਕਤਲ ਹੋਇਆ, ਇਹਦੀ ਇਨਵੈਸਟੀਗੇਸ਼ਨ ਜਿਵੇਂ ਬੀਬੀ ਬੇਨਜ਼ੀਰ ਭੁੱਟੋ ਦੀ ਪ੍ਰਾਈਮ ਮਿਨਿਸਟਰ ਪਾਕਿਸਤਾਨ ਦੀ UN ਨੇ ਕਰਾਈ ਸੀਗੀ, ਅਤੇ ਲੈਬਨੋਨ ਦਾ ਪ੍ਰਾਈਮ ਮਿਨਿਸਟਰ ਸੀਗਾ ਹਰਾਰੇ, ਉਹਨੂੰ ਵੀ ਕਤਲ ਕੀਤਾ ਗਿਆ ਸੀ, ਉਹ ਵੀ UN ਨੇ ਤਫਤੀਸ਼ ਕੀਤੀ ਸੀਗੀ। ਇਹ ਦੋ ਤਫਤੀਸ਼ਾਂ ਇਹ UN ਜਾਂ ਬਾਹਰ ਦੀ ਏਜੰਸੀ ਤੋਂ ਕਰਾਉਣੀਆਂ ਚਾਹੀਦੀਆਂ, ਇੱਥੇ ਸਾਨੂੰ ਇਨਸਾਫ਼ ਨਹੀਂ ਮਿਲ ਸਕਦਾ। ਇਸ ਗੱਲ ਦੇ ਉੱਤੇ ਵੀ ਆਉਣਾ, UN ਨੂੰ ਲੈ ਕੇ ਤੁਸੀਂ ਹਰ ਵਾਰ ਗੱਲ ਕਰਦੇ ਹੋ,
ਚਾਹੇ ਦੀਪ ਸਿੱਧੂ ਦੇ ਕਤਲ ਦੇ ਉੱਤੇ ਗੱਲ ਕਰਦੇ ਹੋ ਜਾਂ ਮੂਸੇ ਵਾਲੇ ਦੇ ਕਤਲ 'ਤੇ ਕਰਦੇ ਹੋ, ਹੁਣ ਲੋਕ ਤੁਹਾਡੇ 'ਤੇ ਟਿੱਕਾ ਟਿੱਪਣੀ ਇਸ ਕਾਰਨ ਨੂੰ ਲੈ ਕੇ ਵੀ ਕਰਨ ਲੱਗ ਪਏ ਨੇ ਕਿ ਸਿਮਰਨਜੀਤ ਸਿੰਘ ਮਾਨ ਜਦੋਂ ਜਿੱਤੇ ਨਹੀਂ ਸੀ ਉਦੋਂ ਕਹਿੰਦੇ ਸੀ ਕਿ ਜਿੱਤ ਕੇ UNO ਤੱਕ ਪਹੁੰਚ ਕਰਾਂਗੇ, ਕਿ ਸਿਮਰਨਜੀਤ ਸਿੰਘ ਮਾਨ ਨੇ ਖੁਦ ਅੱਜ ਤੱਕ UNO ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਮਸਲਿਆਂ ਦੇ? ਬਿਲਕੁਲ ਕੀਤੀ ਹੈ ਜੀ, ਅਸੀਂ ਰਾਏ ਵੀ ਲਈ ਹੈ, ਪਰ ਜਿਹੜਾ UN ਦੇ ਵਿੱਚ ਮਸਲਾ ਚੱਕ ਸਕਦਾ ਹੈ ਉਹਦਾ ਦੇਸ਼ ਆਪਣੀ ਬਾਦਸ਼ਾਹੀ ਹੋਣੀ ਚਾਹੀਦੀ ਹੈ। ਆਪਣੇ ਕੋਲ ਬਾਦਸ਼ਾਹੀ ਨਹੀਂ ਹੈ ਨਾ ਸਾਡਾ ਦੇਸ਼ ਹੈ, ਅਸੀਂ UN ਤੱਕ ਨਹੀਂ ਲੈ ਕੇ ਜਾ ਸਕਦੇ, ਪਰ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਕਿ UN ਕਰਾ ਸਕਦੀ ਹੈ, ਜਿਵੇਂ ਹਰਾਰੀ ਦੀ ਕੀਤੀ ਹੈ, ਬੇਨਜ਼ੀਰ ਭੁੱਟੋ ਦੀ ਕਰਾਈ ਹੈ, ਇਸੇ ਤਰ੍ਹਾਂ ਇਹ ਵੀ ਕਿਸੇ ਵੇਲੇ ਨੂੰ ਇਹਨਾਂ ਦੀ ਤਫਤੀਸ਼ ਕਰਾਉਣੀ ਪਊਗੀ ਆਪਾਂ ਨੂੰ। ਅਤੇ ਇਹ ਮੈਂ ਐਵੇਂ ਫੋਕਾ ਨਹੀਂ ਬੋਲ ਰਿਹਾ, ਮੈਂ ਤਜਰਬੇ ਤੋਂ UN ਦੇ ਕਾਨੂੰਨ ਨੂੰ ਦੇਖ ਕੇ ਪਹਿਲਾਂ ਵੀ ਬਿਆਨ ਦਿੱਤਾ, ਹੁਣ ਵੀ ਮੈਂ ਦੇ ਰਿਹਾ ਕਿ ਸਾਡੇ ਕੋਲ ਅਜੇ ਤੱਕ ਸੋਵਰੇਨਿਟੀ ਬਾਦਸ਼ਾਹੀ ਸਿੱਖਾਂ ਦੇ ਕੋਲ ਨਹੀਂ ਹੈ, ਅਤੇ ਅਸੀਂ ਆਪਣਾ ਕੇਸ ਉੱਥੇ ਨਹੀਂ ਲੈ ਕੇ ਜਾ ਸਕਦੇ। ਪਰ ਜਿਹੜਾ ਸਾਡੇ ਪ੍ਰਵਾਸੀ ਸਿੱਖ ਹੈ ਉਹ ਆਪਣੀਆਂ ਆਪਣੀਆਂ ਸਰਕਾਰਾਂ ਦੇ ਉੱਤੇ ਦੱਬ ਕੇ ਜ਼ੋਰ ਪਾ ਸਕਦੇ ਹੈ ਕਿ ਇਹ ਤਫਤੀਸ਼ UN ਤੋਂ ਹੋਣੀ ਚਾਹੀਦੀ ਹੈ, ਜਿਵੇਂ ਹਰਾਰੇ ਅਤੇ ਬੇਨਜ਼ੀਰ ਭੁੱਟੋ ਦੀ ਹੋਈ ਹੈ। ਅਜੇ ਆਪਣੇ ਕੋਲ ਉਹੋ ਜਿਹਾ ਸੰਬੰਧ ਨਹੀਂ ਹੈ ਕਿ ਆਪਾਂ ਸਿੱਧਾ ਕਰਾ ਲਈਏ। ਮਾਨ ਸਾਹਿਬ, ਸਿੱਧੂ ਮੂਸੇਵਾਲੇ ਦੇ ਕਤਲ ਦੇ ਉੱਤੇ ਵਿਧਾਨ ਸਭਾ ਦਾ ਸੈਸ਼ਨ ਚੱਲਿਆ, ਸਿੱਧੂ ਮੂਸੇਵਾਲਾ ਬਹੁਤ ਵੱਡਾ ਚਰਚਾ ਰਿਹਾ ਉਸ ਵਿਧਾਨ ਸਭਾ ਸੈਸ਼ਨ ਦੇ ਤਿੰਨਾਂ ਚਾਰਾਂ ਦਿਨਾਂ ਦੇ ਵਿੱਚ, ਪਰ ਪੰਜਾਬ ਦੇ ਮੰਤਰੀ ਨੇ ਅਮਨ ਅਰੋੜਾ, ਤੁਹਾਡੇ ਹੀ ਹਲਕੇ ਦੇ ਵਿੱਚ ਉਹਨਾਂ ਦਾ ਹਲਕਾ ਆਉਂਦਾ ਹੈ, ਉਹਨਾਂ ਦਾ ਬਿਆਨ ਆਉਂਦਾ ਕਿ ਉਹਨਾਂ ਕੋਲ 2 ਗਨਮੈਨ ਸੀ, ਉਹਨਾਂ ਕੋਲ ਬੁਲਟ ਪਰੂਫ ਗੱਡੀ ਸੀ, ਉਹ ਜਾਣ ਬੁੱਝ ਕੇ ਉਹ ਨਾਲ ਨਹੀਂ ਲੈ ਕੇ ਜਾਂਦੇ, ਪਰਿਵਾਰ ਇਸ ਦੇ ਉੱਤੇ ਰੋਸ ਜਤਾਉਂਦਾ ਕਿ ਸਾਡੇ ਪੁੱਤ ਦੇ ਨਾਲ ਇੱਕ ਤਾਂ ਬੇਇਨਸਾਫੀ ਹੋ ਰਹੀ, ਉੱਤੋਂ ਸਾਨੂੰ ਟਿੱਚਰਾਂ ਕੀਤੀਆਂ ਜਾ ਰਹੀਆਂ ਨੇ। ਹਾਂ ਬਿਲਕੁਲ ਠੀਕ ਹੈ, ਹੁਣ ਉਹ ਆਜ਼ਾਦ ਆਦਮੀ ਸੀਗਾ ਮੂਸੇਵਾਲ ਸਾਹਿਬ, ਹਮੇਸ਼ਾ ਥੋੜ੍ਹੀ ਇਹ ਗਨਮੈਨ ਲੈ ਕੇ ਜਾਂਦੇ ਹੁੰਦੇ ਆ, ਕੋਈ ਕਿਸੇ ਨੂੰ ਪ੍ਰਾਈਵੇਟ ਕੰਮ ਹੁੰਦਾ, ਉਹ ਕਿਸੇ ਨੂੰ ਮਿਲਣ ਗਿਆ ਸੀਗਾ ਅਤੇ ਸਿਕਿਉਰਿਟੀ ਨੂੰ ਨਹੀਂ ਲੈ ਕੇ ਜਾਣਾ ਚਾਹੁੰਦਾ ਸੀਗਾ। ਹੁਣ ਮੇਰੇ ਕੋਲ ਤਾਂ ਇੱਥੇ ਕੋਈ ਗਨਮੈਨ ਦੇਖਦੇ ਹਾਂ ਤੁਸੀਂ, ਮੈਂ ਬਾਹਰ ਤੁਹਾਡੇ ਕੋਲ ਆਉਂਦਾ, ਕਦੇ ਕੋਈ ਗਨਮੈਨ ਹੁੰਦਾ? ਮੇਰਾ ਮਤਲਬ ਹੈ ਕਿ ਮਰਨ ਤੋਂ ਮੂਸੇਵਾਲ ਸਾਹਿਬ ਨੂੰ ਡਰ ਹੀ ਨਹੀਂ ਸੀ ਲੱਗਦਾ, ਤਾਂ ਫਿਰ ਇਹ ਉਹ ਤਾਂ ਬਾਹਰ ਆਜ਼ਾਦੀ ਦੇ ਨਾਲ ਫਿਰਦੇ ਸੀਗੇ, ਕਰਦੇ ਸੀ, ਜਿਹੜਾ ਉਹਨਾਂ ਦਾ ਹੱਕ ਹੈ। ਅਤੇ ਤਾਂ ਸਰਕਾਰ ਨੇ ਸਿਕਿਉਰਿਟੀ ਦੇਖਣੀ ਸੀ, ਉਹਨਾਂ ਦੀ ਇੰਟੈਲੀਜੈਂਸ ਕਿੱਥੇ ਸੀ ਕਿ ਇੱਥੇ ਤਾਂ ਚੀਫ ਮਿਨਿਸਟਰ ਅਤੇ ਪੰਜਾਬ ਸਰਕਾਰ ਉਹਨਾਂ ਦੀ ਸਿਕਿਉਰਿਟੀ ਵਾਪਸ ਲੈ ਰਿਹਾ ਹੈ, ਤਾਂ ਫਿਰ ਇਹਨਾਂ ਦੀ CID ਇੰਟੈਲੀਜੈਂਸ ਨੇ ਨਹੀਂ ਸੀ ਦੇਖਣਾ ਕਿ ਮੂਸੇਵਾਲ ਕਿਉਂ ਬਗੈਰ ਆਪਣੀ ਸਿਕਿਉਰਿਟੀ ਤੋਂ ਗਿਆ ਹੈਗਾ? ਇਹ ਤਾਂ ਸਰਕਾਰ ਦੀ ਵੀ ਰਿਸਪੋਂਸੀਬਿਲਿਟੀ ਹੈ ਅਗਰ ਉਹਨਾਂ ਨੇ ਸਿਕਿਉਰਿਟੀ ਦਿੱਤੀ ਹੈ। ਅਤੇ ਅਰੋੜਾ ਸਾਹਿਬ ਵਗੈਰਾ ਇਹਨਾਂ ਨੂੰ ਆਪਾਂ ਸਮਝਦੇ ਨਹੀਂ, ਇਹ ਤਾਂ ਇਹ ਵਿਦੇਸ਼ੀ ਗੱਲ ਕਰਦੇ ਆ ਇਹ ਹਿੰਦੁੱਤਵਾਦੀ। ਦੀਪ ਸਿੱਧੂ ਨੂੰ ਲੈ ਕੇ ਗੱਲ ਕਰਦੇ ਹਾਂ, ਬੀਤੇ ਦਿਨਾਂ ਤੋਂ ਦੀਪ ਸਿੱਧੂ ਦੇ ਭਰਾ ਦਾ ਮਨਦੀਪ ਸਿੱਧੂ ਨੇ, ਮੈਂ ਵੀ ਉਹਨਾਂ ਦਾ ਇੰਟਰਵਿਊ ਕੀਤਾ, ਉਦੋਂ ਵੀ ਉਹਨਾਂ ਨੇ ਇਹ ਗੱਲ ਜ਼ਿਕਰ ਕੀਤੀ, ਕਹਿੰਦੇ ਕਿ ਵੀ ਵੋਟਾਂ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਹੁਣਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਸਮਾਂ ਲੈਣ ਦੀ ਕੋਸ਼ਿਸ਼ ਕੀਤੀ, ਪਰ ਵੋਟਾਂ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਦੇ ਨਾਲ ਕੋਈ ਮੁਲਾਕਾਤ ਨਹੀਂ ਹੋ ਸਕੀ, ਉਹਨਾਂ ਨੇ ਕਦੇ ਮਿਲਣ ਦਾ ਸਮਾਂ ਨਹੀਂ ਦਿੱਤਾ? ਮੇਰੇ ਕੋਲ ਸੁਨੇਹਾ ਤਾਂ ਨਹੀਂ ਆਇਆ, ਪਰ ਬੜੇ ਅਫਸੋਸ ਦੀ ਗੱਲ ਹੈ ਕਿ ਮੈਂ ਉਹਨਾਂ ਦੇ ਕੋਲ ਨਹੀਂ ਗਿਆ, ਇਹ ਮੇਰੀ ਗਲਤੀ ਹੈ, ਮੈਂ ਮੰਨਦਾ, ਹੁਣ ਜਾਵਾਂਗੇ, ਜਿਹੜਾ ਤੁਸੀਂ ਦੱਸਿਆ ਹੈ ਮਿਲ ਕੇ ਆਵਾਂਗੇ। ਹੁਣ ਜਿਸ ਤਰ੍ਹਾਂ ਦੇ ਨਾਲ ਰੀਨਾ ਰਾਏ ਉਹਦੀ ਮਹਿਲਾ ਮਿੱਤਰ ਸੀ ਦੀਪ ਸਿੱਧੂ ਦੀ, ਉਹ ਆਪਣੇ ਆਪ ਨੂੰ ਮੰਗੇਤਰ ਕਹਿੰਦੀ ਆ ਅਤੇ ਪਰਿਵਾਰ ਕਹਿੰਦਾ ਕਿ ਉਹ ਮੰਗੇਤਰ ਵੀ ਨਹੀਂ ਸੀ, ਪਰ ਰੀਨਾ ਰਾਏ ਦੇ ਸਵਾਲ ਬਹੁਤ ਵੱਡੇ ਉੱਠਦੇ ਨੇ, ਤੁਹਾਡੇ ਵੱਲੋਂ ਸਵਾਲ ਉੱਠਦਾ ਹੈ ਕਿ ਜਦੋਂ ਦੀਪ ਸਿੱਧੂ ਦੀ ਡੈਥ ਹੁੰਦੀ ਹੈ, ਦੀਪ ਸਿੱਧੂ ਦੇ ਮੱਥੇ ਦੇ ਵਿੱਚ ਗੋਲੀ ਮਾਰੀ ਜਾਂਦੀ ਹੈ, ਪਰ ਉਹ ਕਹਿੰਦੀ ਕਿ ਐਕਸੀਡੈਂਟ ਸੀ, ਦੀਪ ਸਿੱਧੂ ਸ਼ਹੀਦ ਵੀ ਨਹੀਂ ਹੈ। ਤੁਸੀਂ ਸਟੇਜ ਦੇ ਉੱਤੋਂ ਇਹ ਗੱਲ ਆਖਦੇ ਜਿੱਦਣ ਭੋਗ ਹੁੰਦਾ ਕਿ ਸ਼ਹੀਦਾਂ ਨੂੰ ਜਿਹੜਾ ਕਦੇ ਉਹਨਾਂ ਦੀ ਅੰਤਿਮ ਅਰਦਾਸ ਨਹੀਂ ਹੁੰਦੀ ਸ਼ਹੀਦਾਂ ਦੀ, ਸ਼ਹੀਦਾਂ ਨੂੰ ਜਦੋਂ ਯਾਦ ਕਰੋਗੇ ਉਹ ਤੁਹਾਡੇ ਨਾਲ ਹੁੰਦੇ ਨੇ, ਤੁਸੀਂ ਦੱਸੋ ਸ਼ਹੀਦ ਦੀ ਪਰਿਭਾਸ਼ਾ ਨੂੰ ਸਹੀ ਮੰਨੀ ਜਾਈ ਤੁਹਾਡੇ, ਜਾਂ ਜਿਹਦੇ ਨਾਲ ਜਿਹੜੀ ਉਦੋਂ ਸੀ ਉਹ ਕਹਿੰਦੀ ਐਕਸੀਡੈਂਟ ਹੋਇਆ?
ਮੈਂ ਬੀਬੀ ਦੇ ਬਿਆਨ ਦੇ ਨਾਲ ਥੋੜ੍ਹੀ ਉਲਝੂੰਗਾ, ਜਿਹੜੀ ਮੇਰੇ ਕੋਲ ਤਜਰਬਾ ਹੈਗਾ ਉਹਦੇ ਬਾਰੇ ਮੈਂ ਗੱਲ ਕੀਤੀ ਹੈ। ਉਸ ਟਰੱਕ ਦੇ ਵਿੱਚ ਕੋਈ ਸਰੀਆ ਨਹੀਂ ਸੀ ਜਿਹੜਾ ਕਿ ਸਿੱਧੂ ਸਾਹਿਬ ਦੇ ਮੱਥੇ ਦੇ ਵਿੱਚ ਸੁਰਾਖ ਕਰ ਦਿੰਦਾ। ਮੈਂ ਸਮਝਦਾ ਉਹਨਾਂ ਨੂੰ ਗੋਲੀ ਮਾਰੀ ਗਈ ਹੈ ਅਤੇ ਮਰਵਾਈ ਗਈ ਹੈ ਇਹ ਹਿੰਦੁੱਤਵਾਦੀ ਏਜੰਸੀ ਨੂੰ। ਇਹਨਾਂ ਨੇ ਪਹਿਲਾਂ ਵੀ ਇਹੋ ਜਿਹੇ ਕੰਮ ਕੀਤੇ ਹੈਗੇ ਹੈ। ਇੱਕ ਭਗਤ ਸੀਗਾ, ਬਹੁਤ ਵੱਡਾ ਪੜ੍ਹਿਆ ਲਿਖਿਆ ਆਦਮੀ, ਉਹਨੇ ਡਿਸਕਲੋਜ਼ ਕੀਤਾ ਸੀਗਾ ਕਿ ਜਦੋਂ ਰੂਸ ਦਾ ਕਬਜ਼ਾ ਅਫਗਾਨਿਸਤਾਨ 'ਤੇ ਸੀਗਾ ਅਤੇ ਸਿਕਿਉਰਿਟੀ ਦਾ ਵਜ਼ੀਰ ਚੰਦਰਮਰਮ ਸੀਗਾ, ਉਹਨੇ ਕਈ ਹਵਾਈ ਜਹਾਜ਼ ਅਸਲੇ ਦੇ ਮੰਗਵਾਏ ਸੀਗੇ ਅਤੇ ਉਹ ਜਿਹੜੇ ਅਸਲੇ ਮੰਗਵਾਏ ਸੀਗੇ ਉਹ ਜਿਹੜੇ ਸਿੱਖ ਆਪਣੀ ਆਜ਼ਾਦੀ ਦਾ ਲੜਾਈ ਕਰ ਰਹੇ ਸੀਗੇ ਉਹਨਾਂ ਦਾ ਮੁਕਾਬਲਾ ਕਰਨ ਦੇ ਲਈ ਇਹ ਸਾਰਾ ਅਸਲਾ ਅਤੇ ਟ੍ਰੇਨਿੰਗ ਗੈਰ ਸਿੱਖਾਂ ਨੂੰ ਸਿੱਖ ਬਣਾ ਕੇ ਦਿੱਤੀ ਗਈ ਸੀਗੀ। ਉਹ ਜਿਹੜਾ ਕੋਰਸਪੋਂਡੈਂਟ ਸੀਗਾ ਉਹਨੂੰ ਵੀ ਸ਼ੱਕੀ ਹਾਲਾਤਾਂ ਦੇ ਵਿੱਚ ਮਰਵਾਇਆ ਗਿਆ। ਅਜੇ ਤੱਕ ਸਾਨੂੰ ਕੋਈ ਸੂ ਪਤਾ ਨਹੀਂ ਲੱਗਦਾ ਕਿ ਉਸ ਦੀ ਮੌਤ ਉਦੋਂ ਬਾਅਦ ਕਿਵੇਂ ਹੋਈ। ਸੋ ਮੈਂ ਉਹ ਚੀਜ਼ਾਂ ਦੇਖ ਕੇ ਆਪਣਾ ਤਜਰਬਾ ਤਫਤੀਸ਼ਾਂ ਦਾ ਮੈਂ ਕਹਿੰਦਾ ਕਿ ਇਹ ਕਤਲ ਸਿੱਧੂ ਸਾਹਿਬ ਦਾ ਕਰਾਇਆ ਗਿਆ। ਮਾਨ ਸਾਹਿਬ, ਤੁਹਾਡੇ 'ਤੇ ਹੁਣ ਤੱਕ ਕਿੰਨੇ ਪਰਚੇ ਰਹੇ ਟੋਟਲ, ਜੇ ਤੁਹਾਡੀ ਜ਼ਿੰਦਗੀ ਦੀ ਗੱਲ ਕਰੀਏ ਕਿੰਨੇ ਪਰਚਿਆਂ ਦੇ ਨਾਲ ਸਿਮਰਨਜੀਤ ਸਿੰਘ ਮਾਨ ਉਲਝੇ ਨੇ? ਮੇਰਾ ਖਿਆਲ 82-80 ਦੇ ਕਰੀਬ ਹੋਏ ਆ, ਪਰ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਨਹੀਂ, ਗੁਰੂ ਗ੍ਰੰਥ ਸਾਹਿਬ ਨੂੰ ਦਿਲ ਦੇ ਵਿੱਚ ਰੱਖਿਆ ਪਰ ਗੁਰੂ ਗ੍ਰੰਥ ਸਾਹਿਬ ਨੂੰ ਮੂਹਰੇ ਥੋੜ੍ਹੀ ਰੱਖਿਆ। ਸਿਮਰਨਜੀਤ ਸਿੰਘ ਮਾਨ ਇੱਕ IPS ਆਫਿਸਰ ਰਹਿੰਦੇ ਨੇ, SSP ਰਹੇ ਹੋ ਤੁਸੀਂ, ਤੁਹਾਡੇ 'ਤੇ ਟੋਰਚਰ ਕਰਨ ਦਾ ਕਾਰਨ ਕੀ ਰਹਿੰਦਾ? ਜਦੋਂ ਅਸੀਂ ਫਰੋਲਦੇ ਹਾਂ, ਖਬਰਾਂ ਫਰੋਲਦੇ ਹਾਂ, ਜਾਂ ਉੱਤੇ ਜਾਂਚ ਕਰਦੇ ਹਾਂ, ਕਹਿੰਦੇ ਕਿ ਇੰਦਰਾ ਗਾਂਧੀ ਦੇ ਅਸੈਸੀਨੇਸ਼ਨ ਦੇ ਵਿੱਚ ਵੀ ਸਿਮਰਨਜੀਤ ਸਿੰਘ ਮਾਨ ਦਾ ਹੱਥ ਰਿਹਾ? ਸਾਰੀਆਂ ਚੀਜ਼ਾਂ ਸਿਮਰਨਜੀਤ ਸਿੰਘ ਮਾਨ ਨੇ ਕਰਾਇਆ ਹੈਗਾ।